ਭਾਈ ਤੇਰਾ ਪਿੰਡ ਕਿਹੜਾ ਮੂਸਾ ਹੀ ਆ ਮੂਸਾ ਹੀ ਆ ਭਰਾ ਭਾਈ ਬਾਰੇ ਕੀ ਕਹਿਣਾ ਚਾਹੁੰਦਾ ਕਿਵੇਂ ਮਿਲਦਾ ਸੀ ਪਿੰਡੀ ਸੁਣਨਾ ਹੋ ਗਿਆ ਸਾਰਾ ਕੁਝ ਪਿੰਡੀ ਸੁਣਨਾ ਹੋ ਗਿਆ ਕਿਵੇਂ ਭੱਜ ਕੇ ਮਿਲਦਾ ਸੀ ਪੂਰਾ ਭਰਾ ਯਾਰ ਪਾਲਾ ਮੂੰਹ ਕਰਦਾ ਦਵਾ ਨਹੀਂ ਸੀ ਬੰਦੇ ਚ ਵੀ ਐਡਾ ਵੱਡਾ ਸਟਾਰ ਆ ਨਹੀਂ ਸਿੰਪਲ ਰਹਿਣਾ ਸੈਨਾ ਜੇ ਤੇਰੇ ਕੋਲੇ ਲੰਘਦਾ ਸੀ ਫਿਰ ਬੁਲਾ ਕੇ ਲੰਘਦਾ ਬੁਲਾ ਲੰਦਾ ਸੀ ਭਰਾ ਯਾਰ ਵਧੀਆ ਹੱਥ ਮਿਲਿਆ ਹੁੰਦਾ ਮੈਨੂੰ ਤਾਂ ਗਾਣੇ ਚ ਵੀ ਲੈਤਾ ਉਹਨੇ ਸਟੇਟਸ ਗਾਣਾ ਦੀ ਹਾਂਜੀ ਤਾਂ ਆਪਣੇ ਸਟੇਟਸ ਪਾਈ ਹਾਂਜੀ ਹਾਂਜੀ ਅੱਛਾ ਉਹ ਗਾਣੇ ਚ ਵੀ ਤੁਹਾਨੂੰ ਲਿਆ ਹੋਇਆ ਹਾਂ बस भी नहीं आंदी गड्डियां वड्डे वड्डे स्टार इत्थे आके जांदे रहे ने गल बात है बड़ी तगड़ी चीज सी बंदा ना होया ना हो देखो वीरे बाई दी जात टैटू बने एवे नहीं टैटू बन दे बाई किसी ते कोई गल बात सी बाई तां ही ਬਣਾਈ ਫਿਰਦੇ ਮੁੰਡੇ ਨਵੀਂ ਉਮਰ ਦੇ ਮੁੰਡੇ ਨਾਲ ਬਾਈ ਬਾਰੇ ਕੁਝ ਕਹਿਣਾ ਚਾਹੁੰਦੇ ਹੋਰ ਬਾਈ ਵਰਗਾ ਬੰਦੇ ਹੈ ਨਹੀਂ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਅੱਡੇ ਅੱਡੇ ਸਿੰਗਰ ਹੋਏ ਸਟਾਰ ਹੋਏ ਕੋਲੇ ਨਹੀਂ ਆਉਣ ਦਿੰਦੇ ਸੀ ਬਾਈ ਨੂੰ ਕੋਈ ਚੱਕਰ ਹੀ ਨਹੀਂ ਸੀ ਹਨਾ ਚੱਪਲਾਂ ਬਾਈ ਫਿਰੀ ਜਾਂਦਾ ਸੀ ਬੰਦਾ ਗੰਡਾ ਸੀ ਬੰਦਾ ਤੇ ਹੋਈ ਤਾਂ ਗੱਲ ਆ ਵੀਰੇ ਵੱਡੇ ਵੱਡੇ ਸਿੰਗਰ ਜਾ ਕੇ ਚੰਡੀਗੜ੍ਹ ਜਾਂ ਬੰਬੇ ਚਲੇ ਜਾਂਦੇ ਆ ਬਾਈ ਬੈਕ ਕੈਨੇਡਾ ਦਾ ਉਹਦੇ ਪਿੰਡ ਆਇਆ ਸਭ ਤੋਂ ਵੱਡੀ ਗੱਲ ਵੀਰੇ ਹਨਾ ਵੱਡੀ ਗੱਲ ਹੈ ਜੀ ਤੁਸੀਂ ਬਹੁਤ ਦੂਰੋਂ ਆਏ ਹੋ ਬਾਈ ਇਹ ਕਿਹੜਾ ਜ਼ਿਲ੍ਹਾ ਜਲੰਧਰ ਪੈਂਦਾ ਉਹਨੂੰ ਦੇਖ ਲਓ ਬਾਈ ਜੀ ਸੋਚ ਨੂੰ ਬਾਈ ਬੰਦੇ ਫੋਲੋ ਕਰਦੇ ਆ ਜੀ ਬਾਈ ਮੁੰਡੇ ਦੇ ਕੋ ਸਾਰੇ ਪੱਗਾਂ ਵਾਲੇ ਆ ਇੱਕ ਬਾਈ ਬਸ ਰੋਡਾ ਇੱਕ ਦੋ ਵਿੱਚ ਸਾਰੇ ਪੱਗਾਂ ਵਾਲੇ ਮੁੰਡੇ ਨੇ ਤੇ ਬਾਕੀ ਹੁਣ ਕੀ ਲਫ਼ਜ਼ ਹੀ ਨਹੀਂ ਹੈਗੇ ਬਾਈ ਬਾਰੇ ਕੀ ਕਹੀਏ ਹਨਾ ਬਾਈ ਝੋਟੇ ਦੇ ਟਰੈਕਟਰ ਦੇ ਲੋ ਵੱਡੇ ਵੱਡੇ ਘਰੇ ਪਏ ਨੇ ਘਰੇ ਆ ਕੇ ਹਾਂ ਦੇਖੋ ਫੜੇ ਨੇ ਸਾਰੇ ਆ ਬਾਈ ਦਾ ਨਾੜ ਗਿਆ ਰਗੜਾ ਹੈ ਕੋਈ ਹੋਰ ਸੱਚੀ ਗੱਲ ਆ ਬਾਈ ਨਹੀਂ ਹੈਗਾ ਕੋਈ ਹੋਰ ਇਹ ਗੱਲ ਤੇਰੀ 100% ਸੱਚੀ ਹੈ ਵੀਰੇ ਆ ਦੋ ਤਾਂ ਲਾੜ ਗਿਆ ਨੇ ਖੜੇ ਨੇ ਇੱਕ ਛੱਤੀ ਦੀ ਖੜਾ ਬਾਈ ਦੇ ਤੇ ਬਾਈ ਦੇ ਸਾਹਮਣੇ ਥਾਰ ਵੀ ਖੜੀ ਆ ਇਹਦੇ ਵਿੱਚ ਬਾਈ ਸੀਗਾ ਲਾਸਟ ਟਾਈਮ ਜਾਂਦਾ ਬਾਈ ਦੀਆਂ ਘਰੇ ਲੈ ਕੇ ਅੰਕਲ ਜੀ ਨੇ ਫੜਾਈ ਹੋਈ ਆ ਆ ਦੇਖੀ ਗੋਲੀਆਂ ਲੱਗੀਆਂ ਉਹਨੂੰ ਪਹਿਲਾਂ ਹੀ ਦੱਸਦਿਆ ਸੀ ਵੀ ਕਿੱਥੇ ਕਿੱਥੇ ਵੱਜਣੀਆਂ ਨੇ ਗੋਲੀਆਂ ਰੱਬ ਦਾ ਬੰਦਾ ਸੀ ਬਾਈ ਤੂੰ ਵੀ ਦੇਖ ਲਓ ਕਿੰਨੇ ਘਰਾਂ ਦੀ ਰੋਟੀ ਚੱਲਦੀ ਆ ਕਿੱਧਰ ਦੀ ਆ ਜਿਆਦਾ ਬਾਈ ਕਰਕੇ ਮੂਸੇ ਦਾ ਮਾਨਸਾ ਜ਼ਿਲ੍ਹੇ ਦਾ ਮੇਨ ਨਾਮ ਅੱਗੇ ਲੈ ਕੇ ਆਇਆ ਬਾਈ ਪੂਰੇ ਵਰਲਡ ਦੇ ਵਿੱਚ ਤੇ ਉਹੀ ਟਾਲੀ ਵਾਲਾ ਖੇਤ ਆ ਟਾਲੀ ਖੜੀ ਆ ਜਿੱਥੇ ਬਾਈ ਜ਼ਿਆਦਾ ਆਪਣੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਆਉਂਦਾ ਸੀ ਜਿੱਥੇ ਬਾਈ ਨੂੰ ਆ ਕੇ ਕਹਿੰਦਾ ਸੀ ਬਾਈ ਸਕੂਨ ਮਿਲਦਾ ਉਹੀ ਟਾਲੀ ਵਾਲਾ ਖੇਤ ਆ ਟਾਲੀ ਖੜੀ ਆ ਦੇਖ ਲਓ ਥਾਰ ਕਢਾਈ ਹੋਈ ਆ ਨਾਟ ਗਿਆਰਾਂ ਖੜਾ ਨਾਲ ਜੋ ਬਾਈ ਦੇ ਫੇਵਰਟ ਸੀ ਚੀਜ਼ ਉਹ ਚੀਜ਼ਾਂ ਮੈਂ ਇੱਥੇ ਰੱਖੀ ਸੀ ਜਿਹੜੀ ਵੀ ਚੀਜ਼ ਤੇ ਬਾਈ ਦੀ ਫੋਟੋ ਲੱਗੀ ਆ ਤੇ ਉਹ ਚੀਜ਼ ਹੱਸ ਹੱਸ ਕੇ ਵਿਕਦੀ ਆ ਬਾਈ ਦੇ ਗਾਣੇ ਚੱਲਦੇ ਆ ਪਿੱਛੇ ਹਰੇਕ ਚੀਜ਼ ਤੇ ਬਾਈ ਦੀ ਫੋਟੋ ਲੱਗੀ ਆ ਹਰ ਇੱਕ ਚੀਜ਼ ਵਿਕਦੀ ਆ ਜਿੱਥੇ ਬਾਈ ਦੀ ਫੋਟੋ ਲੱਗੀ ਆ ਬਾਈ ਦੀ ਫੋਟੋ ਦਾ ਮੁੱਲ ਆ ਜੀ ਆ ਦੇਖੋ ਆਂਟੀ ਜੀ ਨਾਲ ਬਾਈ ਦੀ ਫੋਟੋ ਲੱਗੀ ਹੋਈ ਆ ਟੀ ਸ਼ਰਟਾਂ ਦੇ ਹੱਥ ਨੀ ਝੋਟੇ ਸੰਦੀਪ ਲੰਗਲ ਆਉਂਦੀਆਂ ਸਿੱਧੂ ਬਾਈ ਤੇ ਦੀਪ ਸਿੱਧੂ ਬਾਈ ਇਹ ਬੰਦੇ ਬਾਰ ਬਾਰ ਨੀ ਬਾਈ ਆਉਂਦੇ ਕਦੇ ਕਦੇ ਜਨਮ ਲੈਂਦੇ ਨੇ ਬੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਮੂਸੇ ਲੈ ਕੇ ਜਾਉਂਦੇ ਆ ਸਿੱਧੂ ਮੂਸੇ ਵਾਲੇ ਦੇ ਪਿੰਡ ਚੱਲੇ ਆ ਤਾਂ ਮੈਨੂੰ ਬੜੀ ਖੁਸ਼ੀ ਆ ਪਿੰਡ ਤੇ ਘੈਂਟ ਬੰਦਾ ਉਹਨੂੰ ਵਾਲੇ ਉਹਦੀ ਸਮਾਧ ਦਿਖਾਉਣੇ ਆ ਆਪਾਂ ਨੇ ਦਿਖਾਉਣੇ ਆ ਹਵੇਲੀ ਆਪਾਂ ਇੱਧਰ ਆਏ ਸੀਗੇ ਮੈਂ ਕਿਹਾ ਚਲੋ ਹੋ ਗਏ ਵੀਡੀਓ ਵੀ ਬਣਾਉਣੇ ਆ ਤੇ ਬਾਈ ਦੀ ਸਮਾਧ ਤੇ ਮੱਥਾ ਟੇਕ ਕੇ ਆਉਣੇ ਆ ਆਹ ਦੇਖੋ ਜੀ ਮੇਲਾ ਲੱਗਿਆ ਆਹ ਬਾਈ ਦੀ ਹਵੇਲੀ ਆ ਗਈ ਤੇ ਆਪਾਂ ਨੂੰ ਉਤਰ ਕੇ ਸਾਰਾ ਦਿਖਾਉਣੇ ਆ ਦੇਖੋ ਆਹ ਮੇਨ ਗੇਟ ਆ ਗਿਆ ਹਵੇਲੀ ਦਾ ਦੇਖ ਲਓ ਜੀ ਸਾਰਾ ਹੀ ਮੇਲੇ ਹੀ ਲੱਗਿਆ ਰਹਿੰਦਾ ਘੈਂਟ ਗੱਲਬਾਤ ਬੰਦੇ ਦੀ
ਇਹ ਹਜੇ ਆਪਾਂ ਹਵੇਲੀ ਆ ਆਪਾਂ ਸਮਾਧ ਤੇ ਵੀ ਲੈ ਜਾਂਦੇ ਹਾਂ ਭਾਈ ਦੇ ਭਾਈ ਜੀ ਦੇ ਜਿੱਥੇ ਬਾਈ ਦਾ ਸੰਸਕਾਰ ਹੋਇਆ ਦੇਖ ਲਓ ਸਾਹਮਣੇ ਜਿਵੇਂ ਤਕਾਨਾਂ ਲੱਗੀਆਂ ਹੋਈਆਂ ਨੇ ਖੇਤੀਬਾੜੀ ਕਰਦਾ ਰਿਹਾ ਐਡਾ ਸਟਾਰ ਸੀ ਬੰਦਾ ਪਰ ਫਿਰ ਵੀ ਉਹ ਹੈ ਹੀ ਨਹੀਂ ਸੀਗਾ ਕੋਈ ਬੱਚ ਵਧੇ ਹੋਊਗਾ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਬਾਈ ਨੂੰ ਦੇਖ ਕੇ ਬਹੁਤ ਬੰਦੇ ਪੱਗਾਂ ਬੰਨਣ ਵੀ ਲੱਗ ਗਏ ਮੈਨੂੰ ਪਤਾ ਲੱਗਿਆ ਜੀ ਹੋਰ ਵੀ ਕੰਟਰੀ ਵਧੀਆ ਵਧੀਆ ਆਪਦੇ ਕੰਟਰੀ ਦੇ ਸੱਦਣਾ ਚਾਹੁੰਦੇ ਜੀ ਪੀ ਆਰ ਦਿੰਦੇ ਸੱਦ ਕੇ ਪਰ ਜੱਟ ਗਿਆ ਨਹੀਂ ਬਾਈ ਜੀ ਅਤੇ ਬਾਕੀ ਤੁਹਾਨੂੰ ਬਾਈ ਬਾਰੇ ਪਤਾ ਹੀ ਆ ਸਾਰਾ ਅਤੇ ਹੁਣ ਆਪਾਂ ਲੈ ਕੇ ਚੱਲਦੇ ਅੰਦਰ ਦਿਖਾਉਂਦੇ ਕੀ ਹਿਸਾਬ ਕਿਤਾਬ ਆ ਸਾਰਾ ਦੇਖ ਲਓ ਕਿਵੇਂ ਮੇਲੇ ਲੱਗੇ ਹੋਏ ਨੇ ਬਾਈ ਦੇ ਸਾਰੇ ਸੰਦ ਦਿਖਾਉਣਾ ਤੁਹਾਨੂੰ ਇੱਕ ਵਾਰੀ ਮੈਂ ਝੋਟੇ ਦੇ ਟਰੈਕਟਰ ਦੇ ਲੋ ਵੱਡੇ ਵੱਡੇ ਕਢਾਏ ਪਏ ਨੇ ਘਰੇ ਆ ਕੇ ਹਾਂ ਦੇਖੋ ਖੜੇ ਨੇ ਸਾਰੇ ਆ ਬਾਈ ਦਾ ਨਾੜ ਗਿਆ ਖੜਾ ਹੈ ਕੋਈ ਹੋਰ ਸੱਚੀ ਗੱਲ ਆ ਬਾਈ ਨਹੀਂ ਹੈਗਾ ਕੋਈ ਹੋਰ ਇਹ ਗੱਲ ਤੇਰੀ 100% ਸੱਚੀ ਆ ਵੀਰੇ ਆ ਦੋ ਤਾਂ ਨਾੜ ਗਿਆ ਨੇ ਖੜੇ ਨੇ ਇੱਕ 36 ਦੀ ਖੜਾ ਬਾਈ ਦੋ ਖੜਾ ਝੋਟਾ ਦੇਖ ਲਓ 36 ਤੋਂ ਫੂਡ ਅਤੇ ਬਾਈ ਦੀ ਸਾਹਮਣੇ ਥਾਰ ਵੀ ਖੜੀ ਆ ਜਿਹਦੇ ਵਿੱਚ ਬਾਈ ਸੀਗਾ ਲਾਸਟ ਟਾਈਮ ਯਾਦਾਂ ਬਾਈ ਦੀਆਂ ਘਰੇ ਲੈ ਕੇ ਅੰਕਲ ਜੀ ਨੇ ਖੜਾਈ ਹੋਈ ਆ ਆਹ ਦੇਖੋ ਜੀ ਗੋਲੀਆਂ ਲੱਗੀਆਂ ਹੋਈਆਂ ਪਹਿਲਾਂ ਹੀ ਦੱਸਦੇ ਸੀ ਵੀ ਕਿੱਥੇ ਕਿੱਥੇ ਵੱਜਣੀਆਂ ਨੇ ਗੋਲੀਆਂ ਰੱਬ ਦਾ ਬੰਦਾ ਸੀ ਬਾਈ ਤੂੰ ਵੀ ਕੈਂਸਰ ਵੀ ਖੜਾ ਕੇ ਅਤੇ ਬਾਕੀ ਅੰਕਲ ਜੀ ਕਹਿੰਦੇ ਆ ਕੇ ਮੁੜ ਕੇ ਪਤਾ ਲੱਗੇ ਅਸੀਂ ਬਾਈ ਲੇਟ ਹੋ ਗਏ ਅਸੀਂ ਇੱਧਰ ਮੱਥਾ ਟੇਕਣ ਆਏ ਸੀ ਪੁੱਲ ਦੀ ਲੰਘ ਨਹੀਂ ਹੋਇਆ ਦੇਖੋ ਜੀ ਬਾਈ ਦੇ ਬਾਈ ਤਾਂ ਬੁੱਤ ਬਣਾ ਕੇ ਲਾਇਆ ਹੋਇਆ ਇਹ ਤਾਂ ਬਾਈ ਫਿਰਦਾ ਵੀ ਤੁਸੀਂ ਦੇਖੇ ਹੋਣਗੇ ਵੀਡੀਓ ਕਈ ਵਾਰ ਅੰਕਲ ਜੀ ਵੀ ਇਹਨੂੰ ਲੈ ਕੇ ਜਾਂਦੇ ਜੀ ਜੱਟ ਨੇ ਪੈਣ ਲਾ ਕੇ ਹਵੇਲੀ ਪਾ ਲਈ ਨਹੀਂ ਤਾਂ ਕਰੋ ਉਹਨਾਂ ਨੂੰ ਮਾਰੀ ਠੋਕਰ ਝੋਟਾ ਬੰਦਾ ਦਲੇਰ ਦੇਖੋ ਕੁਰਸੀਆਂ 'ਚ ਪੈਸੇ ਰੱਖੀਆਂ ਸਾ ਲੋਕਾਂ ਦੇ ਬੈਠਣ ਲਈ ਬੰਦੇ ਨੇ ਕਹਿੰਦੇ ਹੈ ਹੀ ਨਹੀਂ ਬੰਦਾ ਬੂਟਾ ਤਾਂ ਜਾਂਦੇ ਘਰੇ ਆਉਂਦੇ ਜਿਹੜੇ ਲੋਕ ਚਾਹ ਪਾਣੀ ਪਿਲਾਉਂਦੇ ਸੀ ਕੋਈ ਦੂਰੋਂ ਆਉਂਦਾ ਸੀ ਰਾਤ ਵੀ ਰੱਖਦਾ ਸੀ ਬਾਈ ਬਾਈ ਇਹ ਗੱਲ ਕਹਿੰਦਾ ਸੀ ਵੀ ਗੱਡੀ ਵਾਲੇ ਨੂੰ ਭਾਵੇਂ ਨਾ ਮਿਲੇ ਵਾ ਜਿਹਨਾਂ ਦੇ ਪੈਰਾਂ 'ਚ ਚੱਪਲਾਂ ਹੋਣਗੀਆਂ ਉਹਨੂੰ ਕੋਈ ਰੋਕ ਟੋਕ ਨਹੀਂ ਹੈਗੀ ਬਥੇਰੇ ਤੇ ਸਟਾਰ ਫਿਰਦੇ ਆ ਬੜੇ ਸਿੰਗਰ ਫਿਰਦੇ ਆ ਵੱਡੇ ਵੱਡੇ ਪਰ ਇਹਦੇ ਕੋਈ ਪੈਰ ਅੜਕਾ ਨਹੀਂ ਹੈਗਾ ਬਾਈ ਸੌ ਦੀ ਇੱਕ ਗੱਲ ਸਿੱਧੂ ਬਾਈ ਸਿੱਧੂ ਸੀ ਨਾ ਭਰਾਵਾ ਤੇਰੇ ਵਰਗਾ ਕੋਈ ਜੰਮਿਆ ਮੇਰੇ ਹਿਸਾਬ ਨਾਲ ਤਾਂ ਨਾ ਜੰਮਣਾ ਸਾਡੇ ਲੋਕ ਵੀ ਉਦੋਂ ਪਹਿਲਾਂ ਬਹੁਤ ਮਾੜਾ ਬੋਲੇ ਵਿਚਾਰੇ ਨੇ ਬਾਅਦ 'ਚੋਂ ਹੀ ਲੋਕ ਆਪਣੇ ਬੇਜਲਦੇ ਜਾਣ ਤੋਂ ਬਾਅਦ ਆਪਣੇ ਲੋਕ ਚੰਗਾ ਕਹਿਣ ਲੱਗ ਜਾਂਦੇ ਆ ਦੀਪ ਸਿੱਧੂ ਨੂੰ ਵੀ ਬਾਈ ਲੋਕਾਂ ਨੇ ਇੱਦਾਂ ਹੀ ਕੀਤਾ ਪਹਿਲਾਂ ਉਹਨੂੰ ਕਿੰਨਾ ਭੰਡਿਆ ਬਾਅਦ 'ਚੋਂ ਦੇਖ ਲਓ ਵੀ ਲੋਕ ਉਹਦੀ ਵੀਡੀਓ ਪਾਉਂਦੇ ਜੱਕ ਚੱਕ ਪੋਸਟ ਆ ਰਹੇ ਵੀ ਬੰਦਾ ਘੈਂਟ ਦੇ ਸਿੰਪਲ ਡਾਊਨ ਟੂ ਅਰਥ ਹੁੰਦਾ ਸੀ ਇੱਦਾਂ ਦਾ ਬੰਦਾ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਕਦੇ ਦੇਖਿਆ ਨਹੀਂ ਇੱਦਾਂ ਸਟਾਰ ਮਾਨ ਸਿੰਘ ਜੀ ਨੇ ਜ਼ਿਲ੍ਹੇ ਨੂੰ ਬਾਈ ਨੇ ਬਹੁਤ ਅੱਗੇ ਲੈ ਕੇ ਜਾਣਾ ਸੀ ਜੇ ਬਾਈ ਦੀ ਡੈਥ ਨਾ ਹੁੰਦੀ ਜਿਹੜੇ ਹਿਸਾਬ ਨਾਲ ਬਾਈ ਦੀ ਸੋਚ ਸੀਗੀ ਆ ਬਾਈ ਆਏ ਸੀਗੇ ਵੀਰੇ ਦੀ ਹਵੇਲੀ ਆਏ ਹੋਏ ਸੀਗੇ ਬਾਈ ਕਿੱਥੋਂ ਆਏ ਹੋ ਸੁਲਤਾਨਪੁਰ ਲੋਧੀ ਤੋਂ ਬਾਈ ਸਕੂਲ ਤੋਂ ਆਏ ਹੋ ਹਵੇਲੀ ਆਏ ਹੋ ਕੀ ਸੀ ਮਨ ਚ ਗੱਲ ਕੀ ਸੀ ਬਾਈ ਦਿਲੋਂ ਬਾਈ ਪਿਆਰ ਆ ਬਾਈ ਬਾਈ ਨਾਲ ਬਹੁਤ ਪਿਆਰ ਆ ਹੈਗਾ ਇਦਾਂ ਦਾ ਬੰਦਾ ਨਾ ਹੋਇਆ ਨਾ ਹੋਣਾ ਦੇਖੋ ਵੀਰੇ ਬਾਈ ਦੀ ਯਾਦ ਟੈਟੂ ਬਣਿਆ ਐਵੇਂ ਨੀ
टैटू बनते बी किसी से कोई गल बात सी बी ती बनाई फिर मुंडे नवी उम्र के मुंडे होर बी 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 बारे कुछ कहना चाहते हो चंडीगढ़ या बॉम्बे चले जाते बी बैक कनेडा तो पिंड आया सब तो वड्डी गल वीरे है तुसीं बहुत दूरों आए हो बई केड़ा जिला जलंधर पैंदा चलो बई स्कूल तो आया ट्रिप आया ओके ओके वीरे कपूरथला जी ओके ओके ठीक है वीरे देख लो बाई जी सोच नू बाई बंदे फॉलो कर दे जी बाई मुंडे देखो सारे पग्गां वाले आ एक बाई बस रोडा एक दो विच सारे पग्गां वाले मुंडे ने ते बाकी हुण की लफ्ज ही नहीं हैगे बाई बारे की कहीए है ना बाई ओके वीरे ते आ गई बाई दी समाध ते आ जाओ लैके चल दिया था सू बाद मत्था टेक दे देख लो किन्ने घरों की रोटी चलती है बाई करके बाई ने जिंदे हुए ने भी लोगों के भले किते पंजाब का मूसे का मानसा जिले का मेन नाम अगे लेके आया बई पूरे वर्ल्ड के ਉਹੀ ਟਾਲੀ ਵਾਲਾ ਖੇਤ ਆ ਟਾਲੀ ਖੜੀ ਆ ਜਿੱਥੇ ਬਾਈ ਜ਼ਿਆਦਾ ਆਪਣੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਆਉਂਦਾ ਸੀ ਜਿੱਥੇ ਬਾਈ ਨੂੰ ਆ ਕੇ ਕਹਿੰਦਾ ਸੀ ਬਾਈ ਸਕੂਨ ਮਿਲਦਾ ਉਹੀ ਟਾਲੀ ਵਾਲਾ ਖੇਤ ਆ ਟਾਲੀ ਖੜੀ ਆ ਦੇਖ ਲਓ ਥਾਰ ਕਢਾਈ ਹੋਈ ਆ ਨਾਟ ਗਿਆਰਾਂ ਖੜਾ ਨਾਲ ਜੋ ਬਾਈ ਦੇ ਫੇਵਰੇਟ ਸੀ ਚੀਜ਼ ਜੋ ਉਹ ਚੀਜ਼ਾਂ ਨਾਲ ਇੱਥੇ ਰੱਖੇ ਹੋਈਆਂ ਨੇ ਐਂਡ ਗੱਲਬਾਤ ਸੀ ਐਵੇਂ ਨਹੀਂ ਦੁਨੀਆ ਬਾਈ मत्था टेकना जी इतने दर्शन करना जी एवं दुनिया देखने दी जो बाई च गलबात किसी किसी की होंगी सौ चो एक बंद पिछे सौ की हजार बंद एक होंगी वो चीज है भाई देख लो लोग आई जाते जाई जाते रौनक लगी रही है मूसे नू किथे लोग जानते तक नहीं किथे बाई ने मेला लगन लाता आ देख लो मिट्टी टिब्बिया वाली है ताही बाई ने गाना गया है माड़ी जट दी हंड कुड़े साडे टिब्बिया दे विच पिंड कुड़े जो गल्लां कीतियां सारियां सच्चां कीतियां ऐ मैनू लोग इत्थे आउंदे ऐ मैनू लोग इत्थे दर्शन करन आउंदे ऐ मैनू लोग इत्थे मत्था टेकन आते जे कोई गलबात ना बाई दे आगे फीलिंग ही बी होर आ इत आके एक बार जरूर समाध से आके जाए बाई की फीलिंग ही बखरी आख लो बई हैंडीकैप तू देखो कि वड्डी हस्ती सी जिदे सिर तो लोग चूल्हे बलते आंटी होने दादिया बैठिया ने इन्होंने सारे का चूल्हा इतो ही चलता जी वीरे की समाध तो कुछ हवेली मूहे बैठिया ने भाई तेरा पिंड कड़ा मूसा ही आई बारे की कहना चाहना बहुत वीरे मिलता जी तू हां हां मिले भरा बहुत वारी कि मिलता जी पिंडी सुना हो गया सारा कुछ पिंडी सुना हो गया कि भज के मिलता जी पूरा भरा यार पाला मुंह करता पूरी नहीं होनी बस भी नहीं आंदी देख ला वड्डे गड्डियां वड्डे वड्डे स्टार इत्थे आके जांदे रहे ने पता ही नहीं मुस पाउण किथे आ सारे कि पता लग गया गल बात है बड़ी तगड़ी चीज सी जी गल बात बाई ची ना तो किसी ना होनी
ਜਿਹੜੀ ਵੀ ਚੀਜ਼ ਤੇ ਬਾਈ ਦੀ ਫੋਟੋ ਲੱਗੀ ਆ ਤੇ ਉਹ ਚੀਜ਼ ਹੱਸ ਹੱਸ ਕੇ ਵਿਕਦੀ ਆ ਚਲੋ ਮੇਲਾ ਲੱਗਿਆ ਨਾ ਬਾਈ ਬਾਈ ਦੇ ਗਾਣੇ ਚੱਲਦੇ ਪਿੱਛੇ ਆ ਫੋਟੋ ਦੇਖ ਕੇ ਰਹੀ ਬੰਦੇ ਨੂੰ ਬੜੀ ਅੰਦਰ ਇੱਕ ਫੀਲਿੰਗ ਜੀ ਆਉਂਦੀ ਆ ਬਈ ਤੇਰਾ ਕੱਲਾ ਕੱਲਾ ਉੱਥੇ ਮਾਪਿਆਂ ਦਾ ਹਰੇਕ ਚੀਜ਼ ਤੇ ਬਾਈ ਦੀ ਫੋਟੋ ਲੱਗੀ ਆ ਹਰ ਇੱਕ ਚੀਜ਼ ਵਿਕ ਰਿਹਾ ਜਿੱਥੇ ਬਾਈ ਦੀ ਫੋਟੋ ਲੱਗੀ ਆ ਬਾਈ ਦੀ ਫੋਟੋ ਦਾ ਮੁੱਲ ਆ ਜੀ ਆਹ ਦੇਖੋ ਆਂਟੀ ਜੀ ਨਾਲ ਬਾਈ ਦੀ ਫੋਟੋ ਲੱਗੀ ਹੋਈ ਆ ਟੀ ਸ਼ਰਟਾਂ ਦੇ ਹੱਥ ਨੀ ਝੋਟੇ ਸੰਦੀਪ ਨੰਗਲ ਆਉਂਦੀਆਂ ਸਿੱਧੂ ਬਾਈ ਤੇ ਦੀਪ ਸਿੱਧੂ ਬਾਈ ਇਹ ਬੰਦੇ ਬਾਰ ਬਾਰ ਨੀ ਬਾਈ ਆਉਂਦੇ ਕਦੇ ਕਦੇ ਜਨਮ ਲੈਂਦੇ ਨੇ ਬੰਦੇ ਨੰਗਲ ਅੰਬੀ ਵਾਲੇ ਨੇ ਵਿਚਾਰੇ ਨੇ ਕੁਆਟੀ ਪਿੱਛੇ ਆ ਬੰਦੇ ਦੀ ਜਾਨ ਚਲੇਗੀ ਤੇ ਉਹਨੂੰ ਕੀ ਚਿਤਾ ਵਾਲਾ ਸਾਰਾ ਖੇਡ ਗਿਆ ਸੀ ਉਹ ਸੈੱਟ ਸੀ ਵਧੀਆ ਪਰਿਵਾਰ ਸੀ ਬਾਈ ਦਾ ਉਹਨੇ ਕੀ ਲੈਣਾ ਸੀ ਕਬੱਡੀ ਤੋਂ